ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪੰਜਾਬ ਦੇ ਵਿੱਚ ਲੋਹੜਿਆਂ ਦੀ ਇਸ ਵਕਤ ਠੰਡ ਪੈ ਰਹੀ ਹੈ। ਪੰਜਾਬ ਦੇ ਵਿੱਚ ਧੁੰਦ ਦੀ ਚਾਦਰ ਇੰਨੀ ਕੁ ਪਸਰੀ ਹੋਈ ਹੈ ਕਿ ਕੀੜੀ ਦੀ ਰਫ਼ਤਾਰ ਦੇ ਨਾਲ ਅਸੀਂ ਕਾਰਾਂ ਨੂੰ ਸੜਕਾਂ ਦੇ ਉੱਤੇ ਸਵੇਰ ਦੇ ਵੇਲੇ ਅਤੇ ਰਾਤ ਦੇ ਵੇਲੇ ਅੱਗੇ ਵੱਧਦਿਆਂ ਦੇਖਦੇ ਹਾਂ। ਇਸ ਵਕਤ ਕੋਹਰਾ ਬੇਹੱਦ ਪੈ ਰਿਹਾ ਪੰਜਾਬ ਦੇ ਵਿੱਚ, ਅਤੇ ਜੇ ਅਸੀਂ ਗੱਲ ਕਰੀਏ ਜਲੰਧਰ ਜ਼ਿਲ੍ਹੇ ਦੇ ਕਸਬੇ ਆਦਮਪੁਰ ਦੀ ਅਤੇ ਹਰਿਆਣੇ ਦੇ ਵਿੱਚ ਨਾਰਨੌਲ ਖੇਤਰ ਦੀ, ਇਹ ਪੰਜਾਬ ਦੇ ਵਿੱਚ ਆਦਮਪੁਰ ਅਤੇ ਨਾਰਨੌਲ ਹਰਿਆਣੇ ਦੇ ਵਿੱਚ ਇੰਨੇ ਕੁ ਠੰਡੇ ਬਣ ਗਏ ਆ ਵੀ ਇਹਨਾਂ ਨੂੰ ਭਾਵੇਂ ਸ਼ਿਮਲਾ ਕਹਿ ਲਓ, ਭਾਵੇਂ ਤੁਸੀਂ ਡਲਹੌਜ਼ੀ ਕਹਿ ਲਓ, ਭਾਵੇਂ ਕੋਈ ਹੋਰ ਠੰਡਕ ਵਾਲਾ ਖੇਤਰ ਕਹਿ ਲਵੋ, ਯਾਨੀ ਕਿ ਠੰਡ ਦੇ ਰਿਕਾਰਡ ਹੀ ਟੁੱਟ ਗਏ ਆ। ਅੰਮ੍ਰਿਤਸਰ ਦੇ ਵਿੱਚ ਵੀ ਬੇਹੱਦ ਠੰਡ ਪੈ ਰਹੀ ਹੈ ਅਤੇ ਦਿੱਲੀ ਦੇ ਵਿੱਚ ਵੀ ਠੰਡ ਨੇ ਲੋਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੋਇਆ। ਦਿੱਲੀ ਦੇ ਵਿੱਚ ਧੁੰਦ ਦੀ ਚਾਦਰ ਤਾਂ ਪਸਰੀ ਹੋਈ ਹੈ ਪਰ ਉੱਥੇ ਪ੍ਰਦੂਸ਼ਣ ਦਾ ਪੱਧਰ ਵੀ ਲਗਾਤਾਰ ਵਧਿਆ ਹੋਇਆ ਜਿਹਦੇ ਕਰਕੇ ਲੋਕ ਖਾਸੇ ਪਰੇਸ਼ਾਨ ਹੋ ਰਹੇ ਆ। ਇੱਕ ਹੋਰ ਜਾਣਕਾਰੀ ਆਈ ਆ ਮੌਸਮ ਵਿਭਾਗ ਦੇ ਹਵਾਲੇ ਨਾਲ ਕਿ ਪੰਜਾਬ ਦੇ ਵਿੱਚ ਹਾਲੇ 5-7 ਦਿਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਉੱਦਾਂ ਆਪਾਂ ਜਾਣਦੇ ਹਾਂ ਕਿ ਜਿਹੜੀ ਠੰਡ ਹੈ ਇਹ ਕਣਕ ਦੇ ਲਈ ਜਾਂ ਹੋਰ ਚੀਜ਼ਾਂ ਦੇ ਲਈ ਕੁਝ ਕੁ ਚੰਗੀ ਵੀ ਹੈ, ਪਰ ਇਸ ਠੰਡ ਦੇ ਕਰਕੇ ਲੋਕਾਂ ਦੀ ਮੌਤ ਹੋਣੀ ਸ਼ੁਰੂ ਹੋ ਚੁੱਕੀ ਹੈ। ਇਹ ਪਤਾ ਲੱਗਾ ਕਿ ਬਠਿੰਡਾ ਖੇਤਰ ਦੇ ਵਿੱਚ ਇੱਕ ਬਜ਼ੁਰਗ ਇਸ ਠੰਡ ਦੇ ਕਰਕੇ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ, ਅਤੇ ਇਹ ਵੀ ਪਤਾ ਲੱਗਾ ਕਿ ਮੁਕਤਸਰ ਸਾਹਿਬ ਦੇ ਵੱਲ ਇੱਕ ਵਿਅਕਤੀ ਦੀ ਮੌਤ ਠੰਡ ਦੇ ਕਹਿਰ ਕਰਕੇ ਹੋਈ ਹੈ। ਸੋ ਸਾਡੇ ਚਾਰੇ ਪਾਸੇ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਠੰਡ ਦੇ ਕਰਕੇ ਠੁਰ ਠੁਰ ਕਰਦੇ ਲੋਕ ਦਿਸਦੇ ਆ, ਪਰ ਠੰਡ ਦੇ ਕਰਕੇ ਵੀ ਜਿਹੜੇ ਲੋਕ ਕੰਮ ਦੇ ਵਿੱਚ ਜਾਂਦੇ ਆ, ਭਾਵੇਂ ਖੇਤਾਂ ਦੇ ਵਿੱਚ, ਭਾਵੇਂ ਮਜ਼ਦੂਰੀ ਕਰਨ ਵਾਲੇ ਲੋਕ ਦਿਹਾੜੀ 'ਤੇ ਜਾਂਦੇ ਆ, ਭਾਵੇਂ ਖੇਤ ਮਜ਼ਦੂਰਾਂ ਦੀ ਗੱਲ ਕਰ ਲਈਏ, ਜਾਂ ਜਿਹੜੇ ਵੀ ਮਿਹਨਤਕਸ਼ ਲੋਕ ਹੈ, ਉਹ ਇਸ ਠੰਡ ਨੂੰ ਚੀਰਦਿਆਂ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਸਵੇਰ ਵੇਲੇ ਘਰੋਂ ਨਿਕਲਦੇ ਆ, ਪਰ ਸੱਚੀ ਮੁੱਚੀ ਠੰਡ ਜਮਾ ਦੇਣ ਵਾਲੀ ਹੈ। ਹੁਣ ਜੇਕਰ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਤਾਂ ਜਿਵੇਂ ਜਿਵੇਂ ਪਾਰਾ ਡਿੱਗਿਆ ਪੰਜਾਬ ਦੇ ਵਿੱਚ ਠੰਡ ਕਰਕੇ, ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਾ ਸਿਖਰਾਂ ਨੂੰ ਛੋਹ ਰਿਹਾ। ਅੱਜ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਧਮਾਕੇ ਕੀਤੇ ਆ। ਧਮਾਕਾ ਇੱਕ ਨਹੀਂ ਸਗੋਂ ਦੋ ਕਰਤੇ ਆ। ਇੱਕ ਤਾਂ ਇਹ ਧਮਾਕਾ ਕੀਤਾ ਕਿ ਜਦੋਂ ਮਗਰਲੀ ਸਰਕਾਰ ਸੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ, ਆਪਾਂ ਜਾਣਦੇ 2015 ਦੇ ਵਿੱਚ ਉਦੋਂ ਕਈ ਥਾਵਾਂ 'ਤੇ ਬੇਅਦਬੀਆਂ ਹੋਈਆਂ। ਉਹਨਾਂ ਬੇਅਦਬੀਆਂ ਦੇ ਕਰਕੇ ਅਕਾਲੀ ਦਲ ਨੂੰ ਬੜੀਆਂ ਮੁਸ਼ਕਲਾਂ ਝੱਲਣੀਆਂ ਪਈਆਂ। ਉਸ ਵਕਤ ਅਕਾਲੀ ਦਲ ਦੇ ਵੱਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਥਾਪਿਆ ਗਿਆ ਸੀ। ਕਮਿਸ਼ਨ ਦੇ ਵੱਲੋਂ ਆਪਣੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪ ਵੀ ਦਿੱਤੀ ਗਈ, ਪਰ ਸਰਕਾਰ ਨੇ ਉਹਦੇ ਉੱਤੇ ਦੁੱਕੀ ਦੀ ਕਾਰਵਾਈ ਨਹੀਂ ਕੀਤੀ। ਨਵੀਂ ਸਰਕਾਰ ਆਈ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੇ ਉੱਤੇ ਕਾਟਾ ਫੇਰਤਾ ਅਤੇ ਜਸਟਿਸ ਰਣਜੀਤ ਸਿੰਘ ਦੇ ਉੱਤੇ ਆਧਾਰਿਤ ਕਮਿਸ਼ਨ ਥਾਪ ਦਿੱਤਾ, ਯਾਨੀ ਕਿ ਕਮਿਸ਼ਨ ਦੇ ਉੱਤੇ ਕਮਿਸ਼ਨ ਥਾਪਣਾ ਇਹ ਪੰਜਾਬ ਦੇ ਵਿੱਚ ਨਵੀਂ ਗੱਲ ਨਹੀਂ। ਪਰ ਉਹੀ ਜਸਟਿਸ ਜੋਰਾ ਸਿੰਘ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਦਾਖਲ ਹੋ ਗਏ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਮੇਰੇ ਵੱਲੋਂ ਅਤੇ ਮੇਰੇ ਸਾਥੀਆਂ ਦੇ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਉੱਤੇ ਪਿਛਲੀ ਸਰਕਾਰ ਨੇ ਕਾਰਵਾਈ ਕੀਤੀ ਹੁੰਦੀ ਤਾਂ ਹੁਣ ਤੱਕ ਦੋਸ਼ੀ ਸਿੱਖਾਂ ਦੇ ਪਿੱਛੇ ਹੋਣੇ ਸੀ। ਪਰ ਇੱਕ ਧਮਾਕਾ ਅੱਜ ਹੋਰ ਹੋਇਆ, ਉਹ ਹੈ ਜੈਕਿਸ਼ਨ ਸਿੰਘ ਰੋੜੀ ਦੇ ਹਵਾਲੇ ਨਾਲ। ਜੈਕਿਸ਼ਨ ਸਿੰਘ ਰੋੜੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਖਹਿਰਾ ਧੜੇ ਵੱਲ ਆ ਗਏ ਸੀ। ਖਹਿਰਾ ਧੜੇ ਦੇ ਵਿੱਚ ਉਹ ਕਈ ਮਹੀਨੇ ਰਹੇ, ਪਰ ਪਿਛਲੇ ਕੁਝ ਕੁ ਦਿਨਾਂ ਤੋਂ ਰੋੜੀ ਹੋਰਾਂ ਨੇ ਚੁੱਪ ਵੱਟੀ ਹੋਈ ਸੀ। ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਕਿਹਾ ਕਿ ਕੋਈ ਨਹੀਂ, ਵਕਤ ਆਉਣ ਦੇ ਉੱਤੇ ਅਸੀਂ ਦੱਸਾਂਗੇ, ਅਤੇ ਅੱਜ ਉਹਨਾਂ ਨੇ ਦੱਸਤਾ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਚਲੇ ਗਏ ਆ। ਜੈਕਿਸ਼ਨ ਸਿੰਘ ਰੋੜੀ ਹੋਰਾਂ ਦਾ ਜੀ ਨਹੀਂ ਲੱਗਿਆ ਖਹਿਰਾ ਧੜੇ ਦੇ ਨਾਲ, ਜਾਂ ਉਹਨਾਂ ਨੂੰ ਕੋਈ ਹੋਰ ਦਰਪੇਸ਼ ਆਈ ਚੁਣੌਤੀ, ਜਾਂ ਉਹਨਾਂ ਨੂੰ ਇਹ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੀ ਉਹਨਾਂ ਦਾ ਭਵਿੱਖ ਹੈ, ਜਾਂ ਉਹਨਾਂ ਨੂੰ ਕੋਈ ਅਸੂਲਾਂ ਦੀ ਗੱਲ ਜਾਪੀ, ਇਹਦੇ ਉੱਤੇ ਤਾਂ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ। ਪਰ ਜੈਕਿਸ਼ਨ ਸਿੰਘ ਰੋੜੀ ਹੋਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲ ਫਿਰ ਮੁੜ ਜਾਣਾ, ਉਹਨਾਂ ਦੇ ਵੱਲੋਂ ਖਹਿਰਾ ਧੜੇ ਦਾ ਸਾਥ ਛੱਡ ਦੇਣਾ, ਇਸ ਤੋਂ ਬਾਅਦ ਇਹ ਜਾਪਦਾ ਕਿ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਖਹਿਰਾ ਧੜਾ ਕਈ ਹੋਰ ਵਿਧਾਇਕਾਂ ਦੇ ਕਰਕੇ ਵੀ ਲੁੜਕ ਜਾਵੇ, ਕਿਉਂਕਿ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਦੋ ਹੋਰ ਵਿਧਾਇਕ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਹੈ। ਪਹਿਲਾਂ ਇਹ ਦੋਨੋਂ ਖਬਰਾਂ ਸਾਂਝੀਆਂ ਕਰਦੇ ਹਾਂ ਜਿਹੜੀਆਂ ਸਾਡੇ ਤੱਕ ਪੜੀਆਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਦੇ ਬਾਗੀ ਧੜੇ ਨੂੰ ਅੱਜ ਉਸ ਵਕਤ ਝਟਕਾ ਲੱਗਾ ਜਦੋਂ ਗੜਸ਼ੰਕਰ ਤੋਂ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੇ ਸੁਖਪਾਲ ਸਿੰਘ ਖਹਿਰਾ ਦਾ ਸਾਥ ਛੱਡ ਕੇ ਮੁੜ ਕੇਜਰੀਵਾਲ ਨਾਲ ਹੱਥ ਮਿਲਾ ਲਿਆ। ਇਸ ਤੋਂ ਇਲਾਵਾ ਬੇਅਦਬੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਜੋਰਾ ਸਿੰਘ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਵਿਧਾਇਕ ਅਰੋੜੀ ਨੇ ਪਹਿਲਾਂ ਹੀ ਬਾਗੀ ਧੜੇ ਤੋਂ ਦੂਰੀ ਬਣਾਈ ਹੋਈ ਸੀ। ਅੱਜ ਦਿੱਲੀ ਦੇ ਵਿੱਚ ਉਹਨਾਂ ਨੇ ਮੁੜ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਅਰੋੜੀ ਸਣੇ 7 ਵਿਧਾਇਕਾਂ ਨੇ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਕੇਜਰੀਵਾਲ ਖਿਲਾਫ਼ ਝੰਡਾ ਚੁੱਕਿਆ ਸੀ। ਇਸ ਮਗਰੋਂ ਪਾਰਟੀ ਨੇ ਇਹਨਾਂ ਸਾਰੇ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਸੀ। ਅਰੋੜੀ ਪਹਿਲਾਂ ਤੋਂ ਹੀ ਦੁਚਿੱਤੀ ਦੇ ਵਿੱਚ ਸਨ। ਹੁਣ ਜਦੋਂ ਖਹਿਰਾ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਤਾਂ ਅਰੋੜੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਹੁਣ ਖਹਿਰੇ ਦੇ ਨਾਲ ਸਿਰਫ 6 ਵਿਧਾਇਕ ਰਹਿ ਗਏ ਨੇ।
दूजे पासे ये भी दसना बनता है कि बादल सरकार दे वेले गुरु ग्रंथ साहिब जी की बेअदबी के मामलों की जांच करन वाले जस्टिस सेवा मुक्त जोरा सिंह आम आदमी पार्टी दे विच दाखल होए ने। पार्टी दे विच शमूलियत तो बाद उन्होंने कहा कि उन्होंने आम आदमी पार्टी दीयां नीतियां काफ़ी पसंद आईयां ने ते सरकार वल्लों लोकां लई कीते गए कम्मां नूं वेखदे होए उन्होंने इस पार्टी दे विच शामिल होण दा फैसला किया है। जदों उन्होंने पूछा गया कि उन्होंने वल्लों कीती जांच उत्ते बादल सरकार ने कोई कार्रवाई नहीं की सी तां उन्होंने कहा कि जेकर सरकार उन्होंने रिपोर्ट के उत्ते कार्रवाई कर दी तो दोषी हुण तक जेलां दे विच हुंदे। उन्होंने कहा कि 2019 दीयां चोणां विच पार्टी वल्लों दित्ते हुक्म दे मुताबक ही वह चोण लड़नगे। इस तरह दसना बनता कि अज संगरूर तो आम आदमी पार्टी के संसद मैंबर भगवंत मान ने कहा कि जस्टिस जोरा सिंह का आप दे विच शामिल होना बहुत वड्डी प्राप्ति है। उन्होंने कहा कि बादलों ने जोरा सिंह वर्गे इंसान को जलील किया से इतों तक कि गुरु ग्रंथ साहिब जी की बेअदबी कांड की रिपोर्ट लैण लई चपड़ासी नूं भेज दिता गया सी क्योंकि बादलों नूं पता सी कि रिपोर्ट दे विच उन्हां दा भी नां आया है। इस खबर के उत्ते टिप्पणी कर रहे दोस्तों पहली गल तो असीं कहांगे जस्टिस जोरा सिंह हुरां ने आम आदमी पार्टी नूं ठीक सुनिया ठीक जाणिया ठीक महसूस किया उन्होंने जाना यह उन्होंने एक निजी अधिकार है ये उन्हों का हक है कि उन्होंने किहड़ी पार्टी दे विच जाना कित्थों चोण लड़नी है किहदी सेवा करनी है किहदी सेवा नहीं करनी इहदे उत्ते कोई भी टिप्पणी नहीं। तुसीं सेवा मुक्त हो के जां सेवा मुक्ति तो पहला किसी भी धिर दे नाल जुड़ सकते हो हालांकि उन्होंने सेवा मुक्ति मुकम्मल करके जिहड़ी अपनी नौकरी बाद दे विच किसी राजनीतिक धिर नाल जुड़न दा फैसला किया पर अतीत दे विच जेकर असीं थोड़ा जिहा पछाण नूं झात मारीए तां आम आदमी पार्टी दे नाल उह लोक भी जुड़े जिन्हां दीआं नौकरियां हाले 10-10 15-15 वरे पईआं सी पर उन्होंने वेले तों पहलां सेवा मुक्ति लै के ते झाड़ू चुक लिया सी तां जो पंजाब दा कोई फायदा होवे पर ना उन्हां दा अपना होया ना उस वक्त पंजाब दा कोई भला होया ये एक वक्खरा प्रसंग है। जस्टिस जोरा सिंह दा आम आदमी पार्टी दे विच अज जाना यह सच्ची मुची पार्टी दे लई शुभ शगन है क्योंकि आम आदमी पार्टी ते अकाली दल इको जे लगन लग पे सी भी दोनों दे मुतलक कदे कोई चजली खबर आई नहीं रही। आम आदमी पार्टी दे खिंडण दीआं खबरां आउंदीआं सी आम आदमी पार्टी नूं आ भी छड्ड गया वह भी छड्ड गया वह भी छड्ड गया यही खबरां आ रही सी। आम आदमी पार्टी दे विच इस हालात दे विच दाखल होण वाली किसी की कोई खबर नहीं सी आ रही कोई होर व्यक्ति किसी पार्टी नूं छड्ड के इस पार्टी दे विच आउंदा ता एक खबर वड्डी नहीं सी लगनी पर जस्टिस जोरा सिंह वर्गा व्यक्ति आया होवे वह व्यक्ति जिहदी इमानदारी की गल की जाती है वह व्यक्ति जिन्हें बेअदबी कांड के मुतलक रिपोर्ट तैयार की उहदी इस तरीके दे नाल पार्टी दे विच दाखले की खबर आना यह मेरे ख्याल के मुताबिक पार्टी दे लई एक चंगी गल है। भविष्य दे विच आम आदमी पार्टी लोगों का किन्ना क भरोसा जित सकू जस्टिस जोरा सिंह दे पार्टी दे विच दाखल होने तों बाद पार्टी नूं पंजाब दे विच किन्ना क बल मिलू किन्नी क ताकत मिलू यह वक्त के उत्ते निर्भर करदी गल है। पर जय किशन सिंह रोड़ी दा आम आदमी पार्टी दे विच मुड़ दाखिल हो जाना यह कई किस्म के सवाल खड़े करदा। जदों यह खबर आई कि रोड़ी होरी आम आदमी पार्टी दे विच वापस चले गए आ उन्होंने केजरीवाल नाल जाके मुड़ जफ्फी पा ली है उन्होंने खहरा धड़े नूं अलविदा कह दिता उस तो बाद मैं निजी तौर के उत्ते रोड़ी होरां दे नाल गल कीती कि तुहानूं पहलां आम आदमी पार्टी माड़ी क्यों लगन लग गई सी फिर तुहानूं खहरा धड़ा चंगा क्यों लगन लग गया हुण खहरा धड़ा माड़ा ते आम आदमी पार्टी फिर क्यों चंगी लगन लग पई तां उन्होंने यह गल कही कि असल दे विच असीं यह फैसला कीता सी सुखपाल खहरे नाल गल भी कीती सी कि तुहाडे नाल आम आदमी पार्टी दीआं नीतियां दे असीं खिलाफ़ हाँ पर भविख दे विच जेकर तुसीं कोई पार्टी बनाओगे जां तुसीं किसी पार्टी दे विच दाखल होवोगे तो यह गल कहोगे कि तुसीं भी नाल ही चलो असीं नवां धड़ा बनाया तो उहदे विच आओ असीं नवीं पार्टी बनाउण लगे उहदे विच आओ जां फलानी पार्टी दे विच आपां इकट्ठे जांदे आ इस हालात दे विच असीं तुहाडे नाल नहीं आ जेकर तुसीं इह कुझ करोगे फिर असीं आम आदमी पार्टी वल वापस चले जावांगे। जय किशन सिंह रोड़ी ने जिहड़ी फोन दे उत्ते साडे नाल गल कीती उहदे विच उन्होंने यह भी गल कही है कि असल दे विच पार्टी दीआं नीतियां दे असीं उल्ट सी असी इस करके सब तो वध उल्ट सी कि कोर कमेटी पंजाब दी वक्खरी होनी चाहीदी है ते पंजाब दे विच ही पंजाब दे फैसले लए जाने चाहीदे आ। जय किशन सिंह रोड़ी ने कहा कि अज पंजाब दी कोर कमेटी पंजाब दे फैसले आपे लै रही है इस करके हुण सानू केजरीवाल दे नाल कोई गला शिकवा नहीं है। उन्होंने सुखपाल खहरे दे मुतलक कुछ भी नहीं बोलिया उन्होंने कोई उल्ट गल नहीं की पर उन्होंने वार वार इस गल दे उत्ते जोर दिता कि खहरे ने कहा सी कि असी आम आदमी पार्टी दे नाल इस करके विचारधारक मतभेद रखते हैं क्योंकि पंजाब नाल वितकरा किया जा रहा
ਅਸੀਂ ਵੀ ਇਹੀ ਮੰਨਦੇ ਸੀ। ਪਰ ਹੁਣ ਜਦੋਂ ਇਹ ਪਤਾ ਲੱਗਾ ਵੀ ਖਹਿਰਾ ਹੋਰੀ ਤਾਂ ਨਵੀਂ ਪਾਰਟੀ ਬਣਾਉਣ ਲੱਗੇ ਆ, ਇਹਨਾਂ ਨੇ ਤਾਂ ਪੰਜਾਬ ਡੈਮੋਕਰੇਟਿਕ ਅਲਾਇੰਸ ਖੜ੍ਹਾ ਕਰ ਲਿਆ, ਇਹ ਤਾਂ ਵੱਖ ਵੱਖ ਲੋਕਾਂ ਦੇ ਨਾਲ ਮਿਲ ਕੇ ਇੱਕ ਵੱਖਰੀ ਟੱਕਰ ਦੇਣ ਵਾਲੀ ਪਾਰਟੀ ਨੂੰ ਹੋਂਦ ਦੇ ਵਿੱਚ ਲੈ ਕੇ ਆਉਣ ਦਾ ਯਤਨ ਕਰ ਰਹੇ ਆ। ਤਾਂ ਸਾਨੂੰ ਇਹ ਲੱਗਾ ਵੀ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਅਲਾਇੰਸ ਦੇ ਵਿੱਚ ਕਿਸੇ ਨਵੀਂ ਪਾਰਟੀ ਦੇ ਵਿੱਚ ਦਾਖਲ ਨਹੀਂ ਹੋਣਾ, ਅਸੀਂ ਆਮ ਆਦਮੀ ਪਾਰਟੀ ਦੇ ਸੀ ਉਹਦੇ ਵਿੱਚ ਹੀ ਰਵਾਂਗੇ। ਖਹਿਰੇ ਹੋਰਾਂ ਦੀ ਸੋਚ ਉਹਨਾਂ ਨੂੰ ਮੁਬਾਰਕ। ਅਤੇ ਜਦੋਂ ਅਸੀਂ ਇਹ ਪੁੱਛਿਆ ਕਿ ਤੁਹਾਡੇ ਵਾਂਗ ਹੋਰ ਕਿੰਨੇ ਕੁ ਵਿਅਕਤੀ, ਕਿੰਨੇ ਕੁ ਵਿਧਾਇਕ, 2, 3, 4, 5 ਹੋਣਗੇ ਜਿਹੜੇ ਕਿ ਖਹਿਰੇ ਨੂੰ ਛੱਡ ਕੇ ਭਵਿੱਖ ਦੇ ਵਿੱਚ ਆਮ ਆਦਮੀ ਪਾਰਟੀ 'ਚ ਆ ਸਕਦੇ ਆ, ਉਹਨਾਂ ਨੇ ਕਿਹਾ ਕਿ ਇਹਦੇ ਬਾਬਤ ਮੈਂ ਕੁਝ ਨਹੀਂ ਕਹਿ ਸਕਦਾ, ਇਹ ਵਕਤ ਦੱਸੂਗਾ, ਤੇਲ ਅਤੇ ਤੇਲ ਦੀ ਧਾਰ ਦੇਖਦੇ ਜਾਓ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪੰਚਾਇਤੀ ਚੋਣ ਅਖਾੜਾ ਬੇਹੱਦ ਭਖਿਆ ਹੋਇਆ। ਇਸ ਠੰਡੇ ਮੌਸਮ ਦੇ ਵਿੱਚ ਪੰਚਾਇਤੀ ਚੋਣਾਂ ਨੇ ਪੰਜਾਬ ਦੇ ਲੋਕਾਂ ਦੇ ਅੰਦਰ ਜੋਸ਼ ਵੀ ਭਰਿਆ ਹੋਇਆ, ਉਹਨਾਂ ਲੋਕਾਂ ਦੇ ਅੰਦਰ ਜੋਸ਼ ਵੱਧ ਭਰਿਆ ਜਿਹੜੇ ਇਸ ਵਕਤ ਮੈਦਾਨ ਦੇ ਵਿੱਚ ਹੈ। ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਗਈਆਂ ਉਹਨਾਂ ਨੂੰ ਅਸੀਂ ਪਹਿਲਾਂ ਵੀ ਸਲਾਮ ਕਰਦੇ ਰਹੇ ਹਾਂ, ਅੱਜ ਫਿਰ ਸਲਾਮ ਕਰਦੇ ਹਾਂ। ਪਰ ਇੱਕ ਨਵੀਂ ਖਬਰ ਆਈ ਹੈ, ਵੈਸੇ ਇੱਕ ਕੀ ਹੁਣ ਤੱਕ ਤਾਂ ਕਈ ਦਰਜਨਾਂ ਹੀ ਇਹੋ ਜਿਹੀਆਂ ਆ ਚੁੱਕੀਆਂ, ਪਰ ਇਹ ਮੈਨੂੰ ਨਵੀਂ ਖਬਰ ਤਾਂ ਕਰਕੇ ਲੱਗਦੀ ਹੈ ਕਿਉਂਕਿ ਸਕੇ ਭਰਾ ਇੱਕ ਦੂਜੇ ਦੀ ਖਿਲਾਫਤ ਕਰ ਰਹੇ ਆ। ਇੱਕ ਪਿੰਡ ਆ ਜਲੰਧਰ ਜ਼ਿਲ੍ਹੇ ਦੇ ਵਿੱਚ, ਇੱਥੇ ਸਕੇ ਭਰਾ ਸਰਪੰਚੀ ਹਾਸਲ ਕਰਨ ਦੇ ਲਈ ਇਹ ਭੁੱਲ ਗਏ ਆ ਕਿ ਅਸੀਂ ਇੱਕੋ ਘਰ ਦੇ ਵਿੱਚ ਇੱਕੋ ਮਾਂ ਦੇ ਜਾਏ ਹਾਂ। ਪਰ ਉਹਨਾਂ ਦੀ ਇੱਛਾ ਸ਼ਾਇਦ ਪਿੰਡ ਦੀ ਸੇਵਾ ਕਰਨਾ ਜਾਂ ਕੋਈ ਹੋਰ ਕਾਰਨ ਹੋਊਗਾ ਜਿਹਦੇ ਕਰਕੇ ਉਹ ਇੱਕ ਦੂਜੇ ਦਾ ਮੁਕਾਬਲਾ ਕਰ ਰਹੇ ਆ। ਹਾਲਾਂਕਿ ਚੋਣ ਲੜਨ ਦਾ ਅਧਿਕਾਰ ਸਾਨੂੰ ਸਭ ਨੂੰ ਹੈ, ਅਸੀਂ ਕਿਸੇ ਵੀ ਪਾਰਟੀ ਦੇ ਵੱਲੋਂ ਕਿਸੇ ਵੀ ਧਿਰ ਦੇ ਵੱਲੋਂ ਜਾਂ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਸਕਦੇ ਹਾਂ, ਕਿਸੇ ਦੇ ਚੋਣ ਲੜਨ ਦੇ ਉੱਤੇ ਕੋਈ ਪਾਬੰਦੀ ਨਹੀਂ, ਕੋਈ ਕਿੰਤੂ ਪਰੰਤੂ ਨਹੀਂ। ਪਰ ਜਦੋਂ ਪੰਚਾਇਤੀ ਚੋਣਾਂ ਦੇ ਕਰਕੇ ਉਹ ਪੰਚਾਇਤੀ ਚੋਣਾਂ ਜਿਹੜੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਅਤੇ ਪਿੰਡਾਂ ਨੂੰ ਅਸੀਂ ਪਰਿਵਾਰਾਂ ਵਾਂਗ ਸਮਝਦੇ ਹਾਂ, ਉਦੋਂ ਖਬਰਾਂ ਇਹ ਆਉਂਦੀਆਂ ਹੋਣ ਕਿ ਸਕੇ ਭਰਾ ਇੱਕ ਦੂਜੇ ਦੇ ਖਿਲਾਫ ਖੜ੍ਹੇ ਆ, ਉਦੋਂ ਖਬਰਾਂ ਆਉਂਦੀਆਂ ਹੋਣ ਕਿ ਫਰੀਦਕੋਟ ਦੇ ਵੱਲ ਪਿਓ ਪੁੱਤ ਇੱਕ ਦੂਜੇ ਦੇ ਮੁਕਾਬਲੇ 'ਚ ਖੜ੍ਹੇ ਆ, ਉਦੋਂ ਖਬਰਾਂ ਆਉਂਦੀਆਂ ਹੋਣ ਕਿ ਬੇਗਮਪੁਰ ਵਰਗੇ ਪਿੰਡ ਦੇ ਵਿੱਚ ਨੂੰਹ ਅਤੇ ਸੱਸ ਇੱਕ ਦੂਜੇ ਦੇ ਖਿਲਾਫ ਖੜ੍ਹੀਆਂ, ਤਾਂ ਥੋੜ੍ਹੀ ਜਿਹੀ ਹੈਰਾਨੀ ਜ਼ਰੂਰ ਹੁੰਦੀ ਹੈ। ਪਹਿਲਾਂ ਉਹ ਖਬਰ ਸਾਂਝੀ ਕਰਦੇ ਹਾਂ ਜਿਹਦੇ ਜ਼ਰੀਏ ਪਤਾ ਲੱਗਾ ਕਿ ਭਰਾ ਭਰਾ ਦੇ ਖਿਲਾਫ ਚੋਣ ਲੜ ਰਿਹਾ, ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਜਲੰਧਰ ਜ਼ਿਲ੍ਹੇ ਦੇ ਪਿੰਡ ਬਡਿਆਣਾ ਦੇ ਵਿੱਚ ਪਿੰਡ ਦੀ ਸਰਪੰਚੀ ਵਾਸਤੇ ਦੋ ਭਰਾ ਆਹਮੋ ਸਾਹਮਣੇ ਹੋ ਗਏ ਨੇ। ਵੱਡਾ ਭਰਾ 3 ਵਾਰ ਪਿੰਡ ਦਾ ਪੰਚ ਰਹਿ ਚੁੱਕਿਆ, 1 ਵਾਰ ਭਾਬੀ ਵੀ ਪੰਚ ਰਹਿ ਚੁੱਕੀ ਹੈ। ਇਸ ਵਾਰ ਵੱਡੇ ਭਰਾ ਨੇ ਸਰਪੰਚੀ ਚੋਣ ਲਈ ਐਂਟਰੀ ਕੀਤੀ ਤਾਂ ਛੋਟਾ ਭਰਾ ਵੱਡੇ ਨੂੰ ਟੱਕਰ ਦੇਣ ਦੇ ਲਈ ਮੈਦਾਨ ਦੇ ਵਿੱਚ ਉਤਰ ਗਿਆ। ਜਲੰਧਰ ਜ਼ਿਲ੍ਹੇ ਦੇ ਪਿੰਡ ਬਡਿਆਣਾ ਦੇ ਵਿੱਚ 350 ਘਰਾਂ ਦੇ ਵਿੱਚ 1276 ਵੋਟਰ ਨੇ। 58 ਸਾਲਾ ਵੱਡਾ ਭਰਾ ਹਰਭਜਨ ਲਾਲ ਪਿੰਡ ਦੇ ਵਿੱਚ ਖੇਤੀ ਕਰਦਾ ਹੈ। ਉਹ 3 ਵਾਰ ਪੰਚ ਰਹਿ ਚੁੱਕਿਆ। ਪਿਛਲੀ ਵਾਰ ਜਦੋਂ ਵਾਰਡ ਔਰਤਾਂ ਵਾਸਤੇ ਰਿਜ਼ਰਵ ਹੋਇਆ ਤਾਂ ਉਸ ਦੀ ਪਤਨੀ ਪਿੰਡ ਦੀ ਪੰਚ ਬਣੀ। ਇਸ ਵਾਰ ਸਰਪੰਚੀ ਲਈ ਮੈਦਾਨ ਦੇ ਵਿੱਚ ਆਇਆ ਤਾਂ ਚੋਣ ਨਿਸ਼ਾਨ ਆਟੋ ਮਿਲਿਆ। ਇਹਨਾਂ ਤੋਂ ਇਲਾਵਾ ਘਰ ਦੇ ਵਿੱਚ 2 ਹੋਰ ਵੋਟਰ ਨੇ, 1 ਕੁੜੀ ਅਤੇ 1 ਪਤਨੀ। ਮੁੰਡੇ ਦੋਵੇਂ ਬਾਹਰ ਰਹਿੰਦੇ ਨੇ, ਸਿਹਤ ਠੀਕ ਨਾ ਹੋਣ ਕਰਕੇ ਹਰਭਜਨ ਚੋਣ ਪ੍ਰਚਾਰ ਨਹੀਂ ਕਰ ਰਿਹਾ। ਹਰਭਜਨ ਲਾਲ ਦੇ ਛੋਟੇ ਭਰਾ ਦੇ ਘਰ 5 ਆਪਣੀਆਂ ਵੋਟਾਂ ਨੇ, 7ਪਾਲ ਅਤੇ ਉਸ ਦੀ ਪਤਨੀ ਦੇ ਨਾਲ 2 ਮੁੰਡੇ ਅਤੇ 1 ਕੁੜੀ ਵੀ ਹੈ। ਵੈਸੇ 5 ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟੇ 7ਪਾਲ ਨੂੰ ਚੋਣ ਨਿਸ਼ਾਨ ਬੈਟ ਮਿਲਿਆ। 7ਪਾਲ ਦਾ ਕਹਿਣਾ ਕਿ ਉਸ ਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਸਰਪੰਚੀ ਦੀ ਚੋਣ ਲੜੇ, ਇਸ ਲਈ ਉਹ ਮੈਦਾਨ ਦੇ ਵਿੱਚ ਉਤਰਿਆ। ਉਸਨੇ ਕਿਹਾ ਕਿ ਭਰਾਵਾਂ ਦੇ ਵਿੱਚ ਰੋਸੇ ਗਿਲੇ ਸ਼ਿਕਵੇ ਵਾਲੀ ਕੋਈ ਗੱਲ ਨਹੀਂ, ਉਹ ਰੋਜ਼ਾਨਾ ਗੱਲ ਹੁੰਦੀ ਹੈ। ਪਿੰਡ ਦਾ ਸਰਪੰਚ ਤਾਂ ਵੋਟਰਾਂ ਨੇ ਹੀ ਚੁਣਨਾ। ਪਿੰਡ ਦੀ ਸਰਪੰਚੀ ਲਈ ਦੋਵਾਂ ਭਰਾਵਾਂ ਤੋਂ ਇਲਾਵਾ 2 ਉਮੀਦਵਾਰ ਹੋਰ ਵੀ ਮੈਦਾਨ ਦੇ ਵਿੱਚ ਨਿਤਰੇ ਨੇ। ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਕਿ ਜਿੱਤੇ ਕੋਈ ਵੀ ਬਸ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈ। ਪਿੰਡ ਦੀ ਸਰਪੰਚੀ ਲਈ ਆਹਮੋ ਸਾਹਮਣੇ ਹੋਏ ਦੋਵੇਂ ਭਰਾ ਇਹ ਦਾਅਵਾ ਜ਼ਰੂਰ ਕਰਦੇ ਨੇ ਕਿ ਜਿੱਤੇ ਕੋਈ ਵੀ ਪਰ ਪੂਰੇ ਪਿੰਡ ਨੂੰ ਨਾਲ ਲੈ ਕੇ ਉਹ ਚੱਲਣਗੇ ਅਤੇ ਰਿਸ਼ਤੇ ਸਾਡੇ ਉਵੇਂ ਹੀ ਬਰਕਰਾਰ ਰਹਿਣਗੇ ਜਿਵੇਂ ਨਿੱਕੇ ਹੁੰਦਿਆਂ ਦੇ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੇ ਤਾਂ ਨਿਰਪੱਖ ਤਰੀਕੇ ਦੇ ਨਾਲ ਬਤੌਰ ਪੰਜਾਬੀ, ਬਤੌਰ ਪੇਂਡੂ, ਬਤੌਰ ਸੰਵੇਦਨਸ਼ੀਲ ਹੋਣ ਦੇ ਨਾਤੇ ਸੋਚੀਏ ਤਾਂ ਇਉਂ ਲੱਗਦਾ ਵੀ ਜੇਕਰ ਵੱਡੇ ਭਰਾ ਨੇ ਸਰਪੰਚੀ ਦੀ ਚੋਣ ਲੜਨ ਦਾ ਫੈਸਲਾ ਕਰ ਲਿਆ ਤਾਂ ਛੋਟੇ ਨੂੰ ਇਹ ਫੈਸਲਾ ਕਰਨਾ ਨਹੀਂ ਸੀ ਚਾਹੀਦਾ, ਕਿਉਂਕਿ ਵੱਡੇ ਦੇ ਸਤਿਕਾਰ ਦੇ ਤੌਰ ਦੇ ਉੱਤੇ ਵੀ। ਅਤੇ ਜਦੋਂ ਅਸੀਂ ਇੱਕੋ ਮਾਂ ਦੇ ਜੰਮੇ ਜਾਏ ਹਾਂ, ਇੱਕੋ ਮਾਂ ਦਾ ਦੁੱਧ ਚੁੰਘਦੇ ਰਹੇ ਹਾਂ, ਇੱਕੋ ਘਰ ਦੇ ਵਿੱਚ ਪਲੇ ਹਾਂ ਅਤੇ ਇੱਕੋ ਜਿਹੀਆਂ ਗਲੀਆਂ ਦੇ ਵਿੱਚ ਖੇਡੇ ਹਾਂ, ਤਾਂ ਸਾਨੂੰ ਇੱਕ ਦੂਜੇ ਦੇ ਮੁਕਾਬਲੇ ਦੇ ਵਿੱਚ ਨਹੀਂ ਸੀ ਆਉਣਾ ਚਾਹੀਦਾ। ਪਰ ਜੇਕਰ ਚਲੋ ਚੋਣ ਲੜਨ ਬਾਰੇ ਸੋਚ ਹੀ ਲਿਆ
ਤਾਂ ਫਿਰ ਅਸੀਂ ਕੋਈ ਇਹਦੇ ਉੱਤੇ ਬਾਹਲੀ ਟਿੱਪਣੀ ਕਰ ਵੀ ਨਹੀਂ ਸਕਦੇ। ਪਰ ਇਹ ਪਹਿਲੀ ਵਾਰ ਨਹੀਂ, ਇਹ ਇਸ ਤੋਂ ਪਿਛਲੀਆਂ ਕਈ ਚੋਣਾਂ ਦੇ ਵਿੱਚ ਵੀ ਦੇਖਣ ਨੂੰ ਸਮੇਂ ਦੇ ਉੱਤੇ ਮਿਲਿਆ ਕਿ ਪੰਜਾਬ ਦੇ ਵਿੱਚ ਪੰਚਾਇਤੀ ਜਾਂ ਨਗਰ ਨਿਗਮ ਦੀਆਂ ਜਾਂ ਕੋਈ ਵੀ ਹੋਰ ਇਹੋ ਜਿਹੀ ਚੋਣ ਹੁੰਦੀ ਹੈ ਜਦੋਂ ਇਹੋ ਜਿਹੇ ਮੁਕਾਬਲੇ ਦੇਖਣ ਨੂੰ ਮਿਲਦੇ ਆ। ਪਿਛਲੇ ਦਿਨੀ ਬੇਗਮਪੁਰ ਪਿੰਡ ਦੇ ਵਿੱਚ ਨੂੰਹ ਸੱਸ ਦਾ ਬਿਆਨ ਆ ਜਿਹੜਾ ਉਹ ਸਾਹਮਣੇ ਆਇਆ ਸੀ, ਕਿਉਂਕਿ ਇੱਕੋ ਘਰ ਦੇ ਵਿੱਚੋਂ ਨੂੰਹ ਅਤੇ ਸੱਸ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੀਆਂ, ਉਹਨਾਂ ਦੇ ਵੱਲੋਂ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੂੰਹ ਨੇ ਇਹ ਗੱਲ ਕਹੀ ਸੀ ਕਿ ਮੈਂ ਪੜ੍ਹੀ ਲਿਖੀ ਹਾਂ ਅਤੇ ਮੈਂ ਪਿੰਡ ਦਾ ਵਿਕਾਸ ਕਰਾਂਗੀ। ਸੱਸ ਨੇ ਇਹ ਗੱਲ ਕਹੀ ਸੀ ਕਿ ਮੈਂ ਪਿਛਲੇ 15 ਵਰ੍ਹਿਆਂ ਤੋਂ ਪਿੰਡ ਦੀ ਪੰਚ ਹਾਂ, ਮੇਰੇ ਵਰਗਾ ਵਿਕਾਸ ਕੋਈ ਨਹੀਂ ਕਰ ਸਕਦੀ। ਇਸੇ ਤਰੀਕੇ ਨਾਲ ਫਰੀਦਕੋਟ ਦੇ ਵਿੱਚ ਪਿਓ ਪੁੱਤ ਮੈਦਾਨ ਦੇ ਵਿੱਚ ਖੜ੍ਹੇ ਆ, ਯਾਨੀ ਕਿ ਪਿਓ ਪੁੱਤ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ, ਪਰ ਰਾਜਨੀਤੀ ਨੇ, ਸਰਪੰਚੀ ਨੇ ਜਾਂ ਚੌਧਰ ਨੇ ਜਾਂ ਕੋਈ ਵੀ ਹੋਰ ਸ਼ਬਦ ਵਰਤ ਲਈਏ, ਉਸ ਚੱਕਰ ਦੇ ਵਿੱਚ ਅਸੀਂ ਕਈ ਵਾਰ ਖੂਨ ਦੇ ਰਿਸ਼ਤੇ ਵੀ ਪਰੇ ਕਰਕੇ ਅਤੇ ਮੁਕਾਬਲੇ ਦੀ ਦੌੜ ਦੇ ਵਿੱਚ ਪੈ ਜਾਂਦੇ ਹਾਂ। ਇਸ ਕਰਕੇ 30 ਤਰੀਕ ਤੱਕ ਪੰਜਾਬ ਦੇ ਵਿੱਚ ਬੇਹੱਦ ਵੱਖੋ ਵੱਖਰੇ ਰੰਗ ਦੇਖਣ ਨੂੰ ਮਿਲਣਗੇ। ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਚੁੱਕੀ ਹੈ, ਕਈ ਪਿੰਡਾਂ ਦੇ ਵਿੱਚ ਹੁੰਦੀ ਹੁੰਦੀ ਰਹਿ ਗਈ ਹੈ, ਕਿਉਂਕਿ ਕੋਈ ਨਾ ਕੋਈ ਇੱਕ ਬੰਦਾ ਆ ਕੇ ਇਹੋ ਜਿਹੀ ਟੁੱਚਰ ਡਾਉਂਦਾ ਕਿ ਸਾਰੀ ਕੀਤੀ ਕਰਾਈ ਖੂਹ ਦੇ ਵਿੱਚ ਪੈ ਜਾਂਦੀ ਹੈ। ਪਰ ਮੇਰੇ ਨਿੱਜੀ ਖਿਆਲ ਦੇ ਮੁਤਾਬਕ ਵੱਧ ਤੋਂ ਵੱਧ ਸਰਬਸੰਮਤੀਆਂ ਹੋਣੀਆਂ ਚਾਹੀਦੀਆਂ। ਜਿਸ ਤਰੀਕੇ ਦੇ ਨਾਲ ਐਤਕੀ ਦੀਆਂ ਚੋਣਾਂ ਦੇ ਵਿੱਚ ਲੋਕਤੰਤਰ ਦਾ ਘਾਣ ਕਰਨ ਦੀ ਗੱਲ ਅਕਾਲੀਆਂ ਨੇ ਕਹੀ ਹੈ ਤਾਂ ਇਹ ਮਾੜੀ ਗੱਲ, ਪਰ ਇਹ ਘਾਣ ਅਕਾਲੀਆਂ ਦੇ ਸਮੇਂ ਦੇ ਵਿੱਚ ਵੀ ਹੁੰਦਾ ਰਿਹਾ ਅਤੇ ਉਦੋਂ ਇਸ ਘਾਣ ਦੇ ਉੱਤੇ ਚਿੰਤਾ ਕਾਂਗਰਸੀ ਪ੍ਰਗਟ ਕਰਦੇ ਹੁੰਦੇ ਸੀ। ਪਰ ਐਤਕੀ ਖਬਰਾਂ ਇਹ ਵੀ ਆਈਆਂ ਕਿ NOC ਦੇ ਚੱਕਰ ਦੇ ਵਿੱਚ ਕਈ ਜਾਨਦਾਰ, ਕਈ ਸੰਭਾਵੀ ਸਰਪੰਚ ਜਿਹੜੇ ਉਹ ਆਪਣੇ ਕਾਗਜ਼ ਦਾਖਲ ਨਹੀਂ ਕਰ ਸਕੇ ਅਤੇ ਕਈਆਂ ਦੇ ਕਾਗਜ਼ ਦਾਖਲ ਹੋਏ ਪਰ ਰਾਜਨੀਤਿਕ ਅਸਰ ਰਸੂਖ ਦੇ ਚੱਲਦਿਆਂ ਉਹਨਾਂ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ। ਕਈ ਥਾਵਾਂ ਇਹੋ ਜਿਹੀਆਂ ਨੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹ ਥਾਵਾਂ ਜਿੱਥੇ ਉਮੀਦਵਾਰ ਹੀ ਇੱਕ ਰਹਿ ਗਿਆ, ਕਿਉਂਕਿ ਮੰਨ ਲਓ 3 ਉਮੀਦਵਾਰ ਮੁਕਾਬਲੇ ਦੇ ਵਿੱਚ ਨੇ, ਦੋਵਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ, ਇੱਕ ਰਹਿ ਗਿਆ ਉਹ ਜੇਤੂ ਕਰਾਰ ਦੇ ਦਿੱਤਾ। ਸੋ ਇਸ ਤਰੀਕੇ ਦੇ ਨਾਲ ਵੀ ਐਤਕੀ ਪੰਚਾਇਤਾਂ ਚੁਣੀਆਂ ਜਾ ਰਹੀਆਂ, ਪਰ ਪਿੰਡ ਪਰਿਵਾਰਾਂ ਵਰਗੇ ਸੀ ਅਤੇ ਪਿੰਡ ਪਰਿਵਾਰਾਂ ਵਰਗੇ ਰਹਿਣ, ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ। ਪਿੰਡਾਂ ਦੇ ਵਿੱਚ ਧੜੇਬੰਦੀਆਂ ਪਹਿਲੇ ਬਹੁਤ ਪੈਦਾ ਹੋਈਆਂ, ਇਹ ਹੋਰ ਨਾ ਪੈਦਾ ਹੋਣ ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਿੰਡਾਂ ਦੇ ਲੋਕ ਭਾਈਚਾਰਕ ਸਾਂਝ ਦੇ ਵਿੱਚ ਬੱਝੇ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਸੀ ਅਤੇ ਕਰਦੇ ਰਹਾਂਗੇ। ਅਕਾਲੀ ਦਲ ਦੇ ਵੱਲੋਂ ਦੋਸਤੋ ਅੱਜ ਇਹ ਮੰਗ ਕੀਤੀ ਗਈ ਹੈ ਕਿ ਗਾਂਧੀ ਪਰਿਵਾਰ ਦੇ ਵੱਖ ਵੱਖ ਜੀਆਂ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਥਾਵਾਂ ਦੇ ਨਾਂ ਰੱਖੇ ਗਏ ਆ ਉਹਨਾਂ ਸਾਰਿਆਂ ਦੇ ਉੱਤੇ ਕਾਟਾ ਫੇਰ ਦਿੱਤਾ ਜਾਵੇ। ਅਕਾਲੀ ਦਲ ਦੇ ਆਗੂਆਂ ਨੇ, ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਕਾਂਗਰਸ ਦਾ ਅਤੇ ਗਾਂਧੀ ਪਰਿਵਾਰ ਦਾ ਜੋ ਇਤਿਹਾਸ ਹੈ ਇਹ ਕੋਈ ਬਾਹਲਾ ਚੰਗਾ ਨਹੀਂ, ਇਹ ਬਹੁਤ ਮਾੜਾ, ਇਸ ਕਰਕੇ ਇਹਨਾਂ ਤੋਂ ਕਰਾਉਣਾ ਕੀ ਹੈ। ਜਦੋਂ ਵੀ ਅਸੀਂ ਇਹਨਾਂ ਦੇ ਨਾਵਾਂ ਦੇ ਉੱਤੇ ਵੱਖ ਵੱਖ ਥਾਵਾਂ ਦੇ ਨਾਂ ਦੇਖਦੇ ਹਾਂ ਤਾਂ ਉਸ ਤੋਂ ਬਾਅਦ ਕਾਲਜ ਦੇ ਵਿੱਚੋਂ ਇੱਕ ਚੀਸ ਉੱਠਦੀ ਆ, ਅੰਦਰੇ ਦਾ ਰੁੱਗ ਭਰਿਆ ਜਾਂਦਾ, ਇਸ ਕਰਕੇ ਇਹਨਾਂ ਲੋਕਾਂ ਨੂੰ ਤਾਂ ਕੋਈ ਦੇਖਣਾ ਸੁਣਨਾ ਪਸੰਦ ਨਹੀਂ ਕਰਦਾ, ਇਸ ਕਰਕੇ ਨਾਂ ਬਦਲ ਦੇਣੇ ਚਾਹੀਦੇ ਆ। ਉਹਨਾਂ ਦੇ ਕਹਿਣ ਦਾ ਭਾਵ ਸ਼ਾਇਦ ਇਹ ਵੀ ਹੈ ਵੀ ਜੋ ਕੁਮੰਤਰੀ ਸਾਡਾ ਹਵਾਈ ਅੱਡਾ ਦਿੱਲੀ ਵਾਲਾ ਇੰਦਰਾ ਗਾਂਧੀ ਉਹਦਾ ਵੀ ਨਾਂ ਬਦਲਣਾ ਚਾਹੀਦਾ, ਹੋਰ ਵੀ ਵੱਖ ਵੱਖ ਥਾਵਾਂ ਦੇ ਉੱਤੇ ਜਿੱਥੇ ਗਾਂਧੀ ਸ਼ਬਦ ਆ ਜਾਂਦਾ ਉਹਦਾ ਨਾਂ ਤਬਦੀਲ ਹੋਣਾ ਚਾਹੀਦਾ। ਮੰਗ ਉਹਨਾਂ ਦੀ ਮੇਰੇ ਖਿਆਲ ਦੇ ਮੁਤਾਬਕ ਕਦੇ ਪੂਰੀ ਨਹੀਂ ਹੋਣੀ, ਪਰ ਮੰਗ ਤਾਂ ਮੰਗ ਹੀ ਆ, ਉਹਨਾਂ ਨੇ ਮੰਗ ਰੱਖੀ ਹੈ। ਪਹਿਲਾਂ ਇਸ ਖਬਰ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। 1984 ਸਿੱਖ ਕਤਲੇਆਮ ਦੇ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਗਾਂਧੀ ਪਰਿਵਾਰ ਨੂੰ ਘੇਰਦਾ ਆ ਰਿਹਾ। ਹੁਣ ਅਕਾਲੀ ਦਲ ਨੇ ਫਿਰ ਵਿਰੋਧ ਕਰਦਿਆਂ ਗਾਂਧੀ ਪਰਿਵਾਰ ਦੇ ਨਾਂ ਦੇ ਉੱਤੇ ਰੱਖੇ ਹਵਾਈ ਅੱਡਿਆਂ, ਸਨਮਾਨਾਂ ਅਤੇ ਸਮਾਜ ਭਲਾਈ ਸਕੀਮਾਂ ਦੇ ਨਾਵਾਂ ਨੂੰ ਤੁਰੰਤ ਬਦਲੇ ਜਾਣ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ ਅਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ 1984 ਸਿੱਖ ਕਤਲੇਆਮ ਕਰਾਉਣ ਵਾਲੇ ਇਸ ਪਰਿਵਾਰ ਦੇ ਨਾਂ ਜਨਤਕ ਥਾਵਾਂ ਦਾ ਸ਼ਿੰਗਾਰ ਬਣਾਉਣ ਦੇ ਨਾਲ ਦੇਸ਼ ਅੱਗੇ ਇੱਕ ਮਾੜੀ ਮਿਸਾਲ ਪੈਦਾ ਹੋ ਰਹੀ ਹੈ। ਮਜੀਠੀਆ ਨੇ ਕਿਹਾ ਕਿ ਸਾਰੇ ਹਵਾਈ ਅੱਡਿਆਂ, ਅਵਾਰਡਾਂ ਅਤੇ ਸਮਾਜਿਕ ਸਕੀਮਾਂ ਤੋਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਨਾਂ ਹਟਾ ਕੇ ਉਹਨਾਂ ਆਗੂਆਂ ਅਤੇ ਆਜ਼ਾਦੀ ਘੁਲਾਟਿਆਂ ਦੇ ਨਾਂ ਲਿਖਣੇ ਚਾਹੀਦੇ ਨੇ ਜਿਨ੍ਹਾਂ ਦੇਸ਼ ਦੀ ਆਜ਼ਾਦੀ ਵਾਸਤੇ ਜਾਨਾਂ ਵਾਰੀਆਂ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਗਾਂਧੀ ਪਰਿਵਾਰ ਦੇ ਹੱਕ ਵਿੱਚ ਦਿੱਤੇ ਗਏ ਬਿਆਨ ਦੇ ਉੱਤੇ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ 1984 ਕਤਲੇਆਮ ਬਾਰੇ ਆਪਣਾ ਸਟੈਂਡ ਬਦਲਣਾ ਅਤੇ ਦੋਸ਼ੀਆਂ ਨੂੰ ਕਲੀਨ ਚਿੱਟਾਂ ਦੇਣੀਆਂ ਬੰਦ ਕਰਨੀਆਂ ਚਾਹੀਦੀਆਂ ਨੇ। ਉਹਨਾਂ ਕਿਹਾ ਕਿ ਭਾਰਤ ਰਤਨ ਉਹਨਾਂ ਨਾਗਰਿਕਾਂ ਨੂੰ ਮਿਲਦਾ ਹੈ ਜਿਹੜੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦਿੰਦੇ ਨੇ ਅਤੇ ਮਿਸਾਲਯੋਗ ਕੰਮ ਕਰਦੇ ਨੇ, ਪਰ ਰਾਜੀਵ ਗਾਂਧੀ ਇਹਦਾ ਹੱਕਦਾਰ ਨਹੀਂ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ 1984 ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਕਾਂਗਰਸ ਬੁਰੀ ਤਰ੍ਹਾਂ ਘਿਰੀ ਹੋਈ ਸੀ, ਘਿਰੀ ਹੋਈ ਹੈ ਅਤੇ ਭਵਿੱਖ ਦੇ ਵਿੱਚ ਵੀ ਸ਼ਾਇਦ ਘਿਰੀ ਹੋਈ ਰਹੇਗੀ। ਪਰ ਇਸ ਦੇ ਬਾਵਜੂਦ ਲੋਕ ਵੋਟਾਂ ਪਾਉਂਦੇ ਆ ਅਤੇ ਕਾਂਗਰਸ ਜਿੱਤ ਜਾਂਦੀ ਹੈ, ਇਹ ਇੱਕ ਨਵਾਂ ਸਵਾਲ ਹੈ। ਕਾਂਗਰਸ ਦੇ ਵੱਲੋਂ ਜੋ ਜੋ ਕੁਝ ਅਤੀਤ ਦੇ ਵਿੱਚ ਕੀਤਾ ਗਿਆ ਉਹ ਸਾਡੇ ਸਾਹਮਣੇ ਸ਼ੀਸ਼ੇ ਵਾਂਗ ਹੈ ਅਤੇ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ 10 ਵਰ੍ਹੇ ਰਹਿੰਦਿਆਂ ਪੰਜਾਬ ਦੇ ਵਿੱਚ ਕਿੰਨਾ ਕੁ ਪੀੜਤਾਂ ਨੂੰ ਇਨਸਾਫ਼ ਮਿਲਿਆ ਇਹ ਵੀ ਸਾਡੇ ਸਾਹਮਣੇ ਸ਼ੀਸ਼ੇ ਵਾਂਗ ਆ, ਗੱਲ ਇਹ ਵੀ ਧੁੰਦਲੀ ਨਹੀਂ ਪਈ, ਇਹਦੇ ਬਾਬਤ ਵੀ ਸਾਰਾ ਕੁਝ ਸਾਰੇ ਜਾਣਦੇ ਆ।
इस वक्त भी केंद्र दे विच भाजपा की सरकार है तो मोदी साहब इस वक्त इस गल का सिहरा लैण की कोशिश कर रहे हैं कि जदों तो साड़ी सरकार बनी 84 कतलेआम के पीड़ितों को इंसाफ मिलना शुरू होया। पिछले दिन उन्होंने कहा कि जेकर साड़ी सरकार ना हुंदी तां शायद सज्जन कुमार वर्गियां नूं हाले भी सज़ा ना मिलती, पर वो इत्थे झूठ बोल रहे हैं। असल दे विच 14 दे विच मोदी सरकार आई पर चार्जशीट आ जिहड़ी वो सज्जन कुमार दे खिलाफ़ बहुत पहले ही दाखिल की जा चुकी सी। इस करके न्यायपालिका दे काम दे विच मोदी साहब का कोई योगदान नहीं। यह एक अदालती प्रक्रिया जो कि बहुत साड़ी लेट लतीफी वाली है, साड़ी न्याय प्रणाली के उत्ते साड़ा भरोसा उठता जा रहा, पर जदों कदे भी सज्जन कुमार वर्गियां नूं सज़ा का ऐलान किया जाता है माड़ी मोटी आस की किरण बचती है कि शायद इंसाफ है, पर बहुत देरी बाद इत्थे मिलता है। पर जिहड़ी गल उन्होंने कही है मजीठिया साहब ने कि गांधी परिवार के नां के उत्ते बने हवाई अड्डे सन्मान ते संस्थावां जिहड़ियां समाज सेवी संस्थावां वह सारियां बंद होनियां चाहीदियां, समाज सेवी स्कीमां बंद होनियां चाहीदियां। मजीठिया साहब नूं इह गल जरूर सोचनी बनती है कि ये स्कीमां ते ये हवाई अड्डे ते ये गलियां कदों तो बनियां होईयां, कदों तो ये शुरू होईयां। जे तां 2-4 दिन जां 2-4 महीने पहला किसी हवाई अड्डे का नाम रख्या गया फिर तो असीं मनदे हां कि बिल्कुल वह सही कहिंदे आ, इस वक्त इन्हां दा ये बयान वाजब है। पर जेकर असीं ये गल कहिए कि 20-25-30 साल पहला जिहड़ी स्कीम शुरू की गई, जिहड़ा हवाई अड्डा बनिया, जिहड़ी गली बनी, जिहड़ी कोई इहो जी संस्था बनी, उहदा नाम बदलना चाहीदा है, ये बयान जारी करन दे विच फिर सानूं मजीठिया साहब काफ़ी लेट हो गए जापदे है। नाले गल ये है कि वर्तमान दे विच इहो जीआं बहुत सारीआं चुनौतियां अकाली दल दे मूहरे भी है, कांग्रेस दे मूहरे भी है, जिन्हां नूं असीं अपने कम्मां दे नाल पार करना है, वो काम करके दिखाइए जिहदे करके लोगों का दिल जितया जाए, नहीं तो कल्ले बयान दे नाल कुछ भी नहीं हुंदा। खबरां दोस्तों कई होर भी सन पर जो वक्त की घाट है ये रुकण दा इशारा कर रही है। कल नूं इसे वेले प्रोग्राम खबर की खबर लैके मुड़ हाजिर होवांगे। तुसीं लगातार देखते रहो प्राइम एशिया टीवी, तुहाडा अपना तुहाडे लई।